Right? खुशी दी गल, खुशी दी गल, खुशी दी गल वो तो सब मैं परचेस की देख ली, देख ली। सही है मेरा स्टेटस देखो। अच्छा बहुत बढ़िया बहुत बढ़िया, बहुत सियाना बंदा ना है दादा भाई। भाजी तिने कानून वापस हो गए खेती वाले। हाँ मेनू हुणे मुंडे ने फोन किया सही गल। मैं पहले प्लान से अज गुरपुरब से मैं आप नंगा है ना वधिया लै भी सबर सही तरीके लगे रहे ना सिर हो गए हाँ अमेरिका छड़ गया हाँ वाकई ना होर भी चल होर भी लोग मेरे सौ लगे मेरे लू कंडे खड़े हो अपने आप सारे सोचते भी ये सरकार हुण बड़ी ओड़े तरीके तुरी जाना भी इन्होंने नहीं मनना पर बड़ा घेंट। मैं तो रिएक्शन नोट करना ही सारे दे वो मीटिंग वगैरह आई ही आज कोई चाहो नहीं उन्होंने ना मेरे ख्याल ना गवर्नमेंट ने आप ही सोचा होना गुरपुरब पे उन्होंने पहले ऑलरेडी डिसाइड किया होना है ना कोई दिन पहले भी गुरपुरब पे लान करांगे है ना। हाँ आपा जे अजी कल ही गल कर रहे भाजी आपा राती जदों मेन पता की चक्कर है मेन उन्होंने ने पता सी जे यूपी उन्होंने हथों निकलता है ना तो उन्होंने हथों सरकार जाती सरकार जाती हो सकता भी वाकई उन्होंने प्रचार करना सौखा हो जाए अपना भी अगे शायद उन्होंने बहुत मुश्किल आदि है ना। हां ये गल है मैं एक गल वह भी प्रूव होंगी वेलो भी आप चल एडी गल इदा नहीं कैश करते भी जो सा मत वाले लोग आ भी आप उन्होंने पर गल यही होंगी प्रूव भी अच्छे जमाने जिदा कई वायलेंट अपने भी करते ही ना भी ए कर दो इदा नहीं कानून वापस होंगे इदा नहीं होंगे है ना भी गल आप गल करते हैं भी दुनिया बदल चुकी है। हाँ भी दुनिया बद हाँ हाँ फेसबुक ही विद्वान जोड़े वह जे ना भी दुनिया बदल चुकी है भी अजक इदा ही है ना। हाँ जे आप काम करते रहते तो दुनिया ज आप डिफेम होना है तो ये कि ना कि मर जाना सी अंदोलन सही गल नहीं नहीं बड़े सी तुम पता ही है बड़े कई आते ही भी ए नहीं होना इदा इदा नहीं है ना नहीं होंगी जित उधर विद्वान आया विद्वान नहीं नहीं हम मैं नहीं ना सवेरे उठ के फोन वेख्या जो तू जो भेजा वा तिने खेती कानून लाए वापस मैं वेखा मगर मैं मगर चेंज की लाए जाने फिर मैं जो बेच गया खबर चल।
ਸਤੰਬਰ ਚ ਹੋਏ ਸੀ ਮੇਰੇ ਖਿਆਲ ਨਾਲ, ਸਤੰਬਰ ਦੇ ਵਿੱਚ 24 ਸਤੰਬਰ ਕੇ ਏਦਾਂ ਕੁਛ ਸਮਥਿੰਗ ਡੇਟ ਸੀਗਾ ਜੀ। ਆਹ ਕੰਮ ਸੀ ਅੱਜ ਤੇ ਮੈਂ ਸਹੀ ਯਾਰ, ਅੱਜ 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 ਪਟਾਕੇ, ਅੱਜ ਦੀਵਾਲੀ ਮਨਾਈ ਜਾਣੀ ਪੰਜਾਬ ਚ ਹਨਾ। ਭਾਜੀ ਇੱਕ ਗੱਲ ਹੋਰ ਵੇਖੋ, ਜੇ ਹਨਾ ਆਪਾਂ ਚਲੋ ਸਾਰਿਆਂ ਦਾ ਪਾਰਟੀਸਪੇਟ ਆ ਇਹਦੇ ਵਿੱਚ ਹਨਾ, ਕੀ ਜਵਾਨ ਹਨਾ ਬੱਚੇ, ਪਰ ਅਸਲ ਦੇ ਵਿੱਚ ਜਿਹੜਾ ਉੱਥੇ ਬੈਠੇ ਨਾ ਬਾਬੇ ਬੈਠੇ ਇਹ ਹਲੇ ਜਾਣੀ ਕਿ ਜਿਹੜਾ ਇਸ ਇਹ ਹਾਂ ਆਪਾਂ ਬੜ ਕਿਸੇ ਨੂੰ ਪਰਸਨਲੀ ਨਹੀਂ ਜਾਣਦੇ ਹਨਾ, ਸ਼ੁਰੂ ਤੋਂ ਜਦੋਂ ਲਾਲਾ ਲਾਲਾ ਜਦੋਂ ਹੁੰਦੀ ਉਦੋਂ ਤੇ ਆਪਣੇ ਵਰਗੇ ਵੀ ਬਥੇਰੇ ਝੰਡੇ ਚੁੱਕ ਕੇ ਹਨਾ, ਦੋ ਕੁ ਬੰਦੇ ਇੱਕ ਅਮਨ ਦੀ ਵੀ ਢਿੱਲੋਂ ਨੀ ਉਹ ਮੁੰਡਾ ਤੋਂ ਮੈਂ ਵੇਖਿਆ ਬਈ ਉਹਨੇ ਨੀ ਪੋਸਟ ਪਾਉਣੀ ਛੱਡੀ, ਉਹ ਟੈਗ ਕਰਦਾ ਹੁੰਦਾ ਹਨਾ ਜਿਹੜਾ ਰੋਜ਼ ਕੋਈ ਨਾ ਕੋਈ ਜੋ ਵੀ ਹੁੰਦਾ ਸੀ ਨਾਰਾ ਜਿਹਾ ਲੈ ਬਈ ਉਹਦਾ ਮੈਂ ਵੇਖਿਆ ਸ਼ੁਰੂ ਚ 100 ਤੋਂ ਵੱਧ ਲਾਈਕ, 150-200 ਘਟਦੇ ਘਟਦੇ ਭਾਜੀ 5-7 ਵੀ, ਪਰ ਉਹ ਬੰਦੇ ਨੇ ਨਹੀਂ ਹਟਿਆ। ਹਾਂ ਕਈਆਂ ਮੈਂ ਕਈ ਨਾ ਸੋਚਦਾ ਨਾ ਮੈਂ ਕਿਹਾ ਵੀ ਆਹ ਬੜੀ ਵੱਡੀ ਗੱਲ ਆ ਹਨਾ, ਨਹੀਂ ਤਾਂ ਬੰਦਾ ਆਪਣੇ ਜ਼ਿਆਦਾਤਰ ਮੈਂ ਦੇਖਾਂ ਨਾ ਸੱਚੀ ਦੱਸਾਂ ਤਾਂ ਆਪਾਂ ਜਦੋਂ ਵੇਹਨੇ ਕੋਈ ਪੋਸਟ ਨੂੰ ਕੋਈ ਲਾਈਕ ਨੇ ਤਾਂ ਡਿਲੀਟ ਹੀ ਕਰਦੇ, ਤੇ ਉਦੋਂ ਬਾਅਦ ਇੱਕ ਮੁੰਡਾ ਉੱਥੇ ਸੋਸ਼ਲ ਮੀਡੀਆ ਦੇ ਰੁਪਿੰਦਰ ਜਲਾਲ ਜਿਹੜਾ ਪਤਾ ਨੀ ਮੈਂ ਉਹਦਾ ਕੀ ਕਰਦਾ ਹੁੰਦਾ, ਉਦਾਂ ਸ਼ਾਇਦ ਕਮੈਂਟਰੀ ਕਮੁੰਟਰੀ ਕਰਦਾ ਕਬੱਡੀ ਕਬੱਡੀ ਮੇਲੇ ਚ ਇੱਦਾਂ ਦੇ ਕੁਛ ਹੋਣਾ, ਤੇ ਮੈਂ ਪਰਸਨਲੀ ਨੀ ਜਾਣਦਾ ਉਹਦਾ ਪੇਜ ਵੇਖੀ, ਉਹ ਹਰ ਰੋਜ਼ ਉੱਥੇ ਗੱਲ ਮਾੜੀ ਨੀ ਜਦੋਂ ਮੇਰੀ ਗੱਲ ਸੁਣ, ਨਹੀਂ ਉਹ ਗੱਲ ਪਤਾ ਕੀ ਚੱਕਰ ਆ, ਗੱਲ ਹੁੰਦੀ ਮਨ ਦੀ, ਮੈਂ ਉਹ ਕੱਢਿਆ ਵੀ ਕੋਈ ਕੋਈ ਕਿਸੇ ਦੇ ਪੈਰੀ ਹੱਥ ਲਾਉਂਦਾ ਸਿਰਫ ਓਦਾਂ ਹੀ ਨਾ, ਕਈ ਸਰਕਾਰ ਹੋ ਜਾਂਦਾ, ਗੱਲ ਇਹ ਆ ਵੀ ਕਈ ਲੋਕੀ ਵਾਕੇ ਦਰੜੀ ਹੋ ਗਏ ਹਨਾ, ਵੀ ਲੱਗੇ ਪਏ ਨਾ ਡਟ ਹੀ ਰਹੇ। ਹਾਂ ਇਹ ਗੱਲ ਹੁਣ ਇੱਕ ਚੀਜ਼ ਵਧੀਆ ਹੋਈ ਜਿਹੜਾ ਉਹਨਾਂ ਨੇ ਪਿੰਡਾਂ 'ਚ ਵਾਰੀਆਂ ਬੰਨਤੀਆਂ, ਸਿਸਟਮ ਤੁਰ ਪਿਆ ਨਾ ਯਾਰ। ਮੈਂ ਉਹ 'ਚ ਵੀ ਵੇਖ ਤੈਨੂੰ ਦੱਸਦਾ ਵੀ ਉਹ 'ਚ ਵੀ ਕਈ ਪਿੰਡਾਂ ਨੇ ਕਈਆਂ ਨੇ ਜਾਣਾ ਛੱਡਤਾ, ਕੋਈ ਇੱਕ ਦੋ ਵਿਚਾਰੇ ਜਿਹੜੇ ਰਹਿ ਗਏ ਪਰ ਫਿਰ ਵੀ ਓਵਰਆਲ ਜਿੱਦਾਂ ਕਹੀਏ ਵੀ ਇਹ ਬਹੁਤ ਵਧੀਆ ਹੋਇਆ ਵੀ ਰੱਦ ਹੋ ਗਿਆ, ਨਹੀਂ ਤਾਂ ਇਹ ਕਿਹਨਾਂ ਯਕੀਨ ਰੁੜ ਜਾਂਦਾ। ਪਿੰਡਾਂ ਦੀ ਵੀ ਗੱਲ ਕਰੀ ਨਾ ਮੇਰੀ, ਮੇਰੇ ਹਿਸਾਬ ਸਭ ਤੋਂ ਤਾਂ ਮਾਲਵਾ ਇਲਾਕਾ ਗਿਆ ਭਾਜੀ। ਮੈਂ ਵੇਖੋ ਆਹ ਇੱਕ ਹੁਣ ਮੇਰੇ ਸਾਹਮਣੇ ਸਭ ਤੋਂ ਸੋਹਣੇ ਮਾਲਵੇ ਇਲਾਕੇ ਦੀ, ਮੈਂ ਮਾਲਵੇ ਹਨਾ ਗਿਆ ਕੀ ਉੱਧਰ ਸੰਗਰੂਰ ਵਾਲੀ ਸਾਈਡ, ਭਾਜੀ ਭਾਜੀ ਕੋਈ ਰਿਲਾਇੰਸ ਦਾ ਪੰਪ ਨਹੀਂ ਚੱਲਣ ਡਿਆ, ਰਿਲਾਇੰਸ ਦੇ ਅਜੇ ਤੱਕ ਨਹੀਂ ਚੱਲਣ ਡਿਆ। ਆਪਣੇ ਇੱਧਰ ਆ ਜਾਓ, ਕੋਈ ਰਿਲਾਇੰਸ ਦਾ ਪੰਪ ਬੰਦ ਨਹੀਂ, ਇਨਕਲੂਡਿੰਗ ਮਾਝਾ ਵੀ ਹਨਾ, ਹੁਣ ਆਏ ਨੀ ਆਦੇ ਪਰ ਅੱਡੇ ਹੋਰ। ਮੈਂ ਉਦੋਂ ਫਿਰ ਮੈਂ ਨਾ ਗੱਡੀ ਉਦੋਂ ਚਲਾਉਣ ਡਿਆ, ਮੈਂ ਗੱਡੀ ਸੋਚਿਆ, ਮੈਂ ਕਿਹਾ ਯਾਰ ਮਲਵਈਆਂ ਨੂੰ ਹਮੇਸ਼ਾ ਆ ਦਿੱਤਾ ਜਾਂਦਾ ਹਨਾ ਵੀ ਬੈਗ, ਮੈਂ ਕਿਹਾ ਯਾਰ ਚੇਂਜ ਤਾਂ ਇਹਨਾਂ ਨੇ ਲਿਆਂਦੀ, ਮੈਂ ਕਿਹਾ ਜੇ ਆਮ ਆਦਮੀ ਪਾਰਟੀ ਆਈ, ਮੈਂ ਕਿਹਾ ਉਹਨਾਂ ਨੇ ਟਰਾਈ ਕੀਤਾ, ਲੈਟਸ ਟਰਾਈ ਨਿਊ ਪੀਪਲ ਹਨਾ, ਹਾਂ ਉਹਨਾਂ ਨੇ ਚੂਜ਼ ਕੀਤਾ। ਮੈਂ ਕਿਹਾ ਯਾਰ ਉਹ ਤੁਹਾਡੇ ਨਾਲ ਐਡਵਾਂਸ ਆ, ਆਪਾਂ ਕਹਿ ਦਿੰਦੇ ਹਾਂ ਇਹ ਬੈਕਵਰਡ ਆ ਹਨਾ ਇੱਦਾਂ ਉੱਦਾਂ, ਅਤੇ ਉਹ ਬੜਾ ਮੈਨੂੰ ਉਹ ਵੀ ਮਤਲਬ ਵਧੀਆ ਲੱਗਾ। ਚਲੋ ਮੈਂ ਤੁਹਾਡੇ ਨੇ ਵੀ ਇੱਦਾਂ ਉਹ ਜਿਵੇਂ ਤੂੰ ਪੋਸਟਾਂ ਪਾਈ ਗਿਆ ਮੇਰੀਆਂ ਪ੍ਰੋਫਾਈਲ ਦੇ ਉੱਤੇ ਹਨਾ, ਦੂਜੀ ਦੇ ਲਾਈ ਸੀ ਮੈਂ ਫੇਸਬੁੱਕ 'ਤੇ ਪੇਜ 'ਤੇ ਅਤੇ ਦੂਜੇ 'ਤੇ ਪ੍ਰੋਫਾਈਲ ਆਈ ਡੀ 'ਤੇ, ਉਦੋਂ ਦੀ ਮੈਂ ਉਹ ਕਿਸਾਨੀ ਜੀ ਦੀ ਫੋਟੋ ਲਾਈ, ਮੇਰੇ ਸੱਚੀ ਇੱਕ ਦਰ ਦਿਮਾਗ 'ਚ ਆਇਆ, ਮੈਂ ਕਿਹਾ ਯਾਰ ਚੇਂਜ ਕਰ ਦੇ ਹਨਾ, ਫਿਰ ਅੰਦਰੋਂ ਕਹਿਣਾ ਨਹੀਂ ਯਾਰ ਇਹ ਉਦੋਂ ਹੀ ਚੇਂਜ ਕਰਨੀ ਆ, ਵੀ ਜਦੋਂ ਕੁਛ ਨਾ ਕੁਛ ਬਣ ਗਿਆ ਹਨਾ ਰਿਜ਼ਲਟ ਕੁਛ ਆ ਗਿਆ। ਇੱਕ ਚੀਜ਼ ਹੈਗੀ ਵੀ ਜਿਹੜੀ ਮਰਜ਼ੀ ਗੌਰਮੈਂਟ ਆ ਜਿੰਨੀ ਮਰਜ਼ੀ ਕੱਟੜ ਹੋਵੇ ਪਰ ਵੋਟਾਂ ਦਾ ਡਰ ਤੇ ਸਭ ਨੂੰ ਤੁਹਾਡੇ ਨੀ ਉਹ ਅਮੈਰੀਕਾ ਦੀ ਮੈਂ ਖਬਰ ਵੇਖੀ ਸੀ, ਲੋਕੀ ਜਿਹੜੀ ਜਿਹੜੀਆਂ ਚੀਜ਼ਾਂ ਦੇ ਪ੍ਰਾਈਜ਼ ਵਧੇ ਆ, ਉਹ ਬੜੀ ਉਹ ਬਹੁਤ ਘੈਂਟ ਵੇਖ ਲਓ, ਇਹ ਹੁੰਦਾ ਤਰੀਕਾ ਪ੍ਰੋਟੈਸਟ ਕਰਨ ਦਾ,
ਆਪਣੇ ਜਿਵੇਂ ਉਹ ਨਹੀਂ ਉਹ ਪੰਪਾਂ ਦੇ ਹੈ ਨਾ ਜਾ ਜਾ ਕੇ ਵੀਡੀਓ ਬਣਾਉਣ ਡੇ ਉਹ ਜਿਵੇਂ ਹੁਣ ਤੁਹਾਡੇ ਸਾਰੇ ਬਣੇ ਪੈਟਰੋਲ ਦੇ ਪ੍ਰਾਈਸ ਵਧੇ ਹੈ ਨਾ ਹਾਂ ਉਹ ਛੋਟਾ ਜਿਹਾ ਸਟਿੱਕਰ ਬਣਾਉਂਦੇ ਉਹਦਾ ਨਾ ਉਹਨਾਂ ਨੇ ਕੋਈ ਜਾਨੀ ਕਿ ਫੋਟੋ ਇੱਦਾਂ ਖਿੱਚੀ ਇੱਦਾਂ ਆਇਆ ਜੇ ਕੀਤੇ ਦੀ ਉਹਦਾ ਸਟਿੱਕਰ ਬਣਾ ਕੇ ਨਾ ਐਡਾ ਉਹਦੇ ਉੱਪਰ ਲਿਖਿਆ ਆਈ ਡਿਡ ਇਟ ਉਹ ਸਾਰੇ ਐਡਾ ਗਾ ਉਹ ਜਿੱਥੇ ਪ੍ਰਾਈਜ਼ ਆਉਂਦਾ ਨਾ ਆਹ ਬਾਈਡਨ ਦਾ ਜਿੱਥੇ ਪ੍ਰਾਈਜ਼ ਆ ਉਹਦੇ ਲੁੰਗਲੀ ਕਰਕੇ ਉਹ ਪੰਪਾਂ ਦੇ ਲਾਈ ਜਾਣ ਡੇ ਲੋਕੀ ਆਹੋ ਉਹ ਪੰਪ ਵਾਲੇ ਡੇ ਮਨਾ ਕਰਨ ਭਰਾਵੋ ਨਾ ਲਾਓ ਸਟਿੱਕਰ ਜਿਹੜੀ ਕਿਸੇ ਪ੍ਰਾਈਜ਼ ਜਿਹੜੀ ਚੀਜ਼ ਦਾ ਜ਼ਿਆਦਾ ਪ੍ਰਾਈਜ਼ ਵੱਧ ਗਿਆ ਉੱਥੇ ਉਹ ਸਟਿੱਕਰ ਲਾ ਦੇ ਬੜੀ ਕੰਫੀਡੈਂਸ ਨਾਲ ਉਹਨੂੰ ਵੋਟਾਂ ਪਈਆਂ ਸੀ ਉਹ ਵੀ ਕਹਿੰਦੇ ਵੀ ਪਤਾ ਨੀ ਸ਼ਾਇਦ ਬੰਦਾ ਉੱਤੇ ਨੀ ਆ ਗਿਆ ਵੀ ਕੁਝ ਕਰ ਵੀ ਇਹਦਾ ਪਲਾਨ ਕੀ ਆ ਵੀ ਇਹਦੇ ਨਾਲ ਫਾਈਟ ਕਰਨ ਦਾ ਨਾ ਇਲੈਕਸ਼ਨ ਪਰ ਗੱਲ ਉਹ ਹੀ ਆ ਵੀ ਕੌਣ ਕੀ ਕਰ ਰਿਹਾ ਹਨਾ ਪਲਾਨ ਕੀ ਆ ਹਨਾ ਹਾਂ ਉਹ ਮੈਟਰ ਕਰਦਾ ਹੁਣ ਇੱਕ ਚੀਜ਼ ਦਾ ਮੁੱਦਾ ਬਣ ਰਿਹਾ ਵੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਕਿਹਾ ਵੀ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਣਾ ਜਿੰਨਾ ਚਿਰ ਲਿਖਤ ਨਹੀਂ ਹੁੰਦਾ ਕੰਮ ਸਾਈਨ ਹੁੰਦੇ ਪ੍ਰੋਫਾਈਲ ਮਹੀਨੇ ਦੇ ਐਂਡ ਤੇ ਹੋਣਾ ਸਿਆਣੇ ਆ ਭਰਾਵਾ ਉਹ ਗੱਲ ਆ ਯਕੀਨ ਨਹੀਂ ਉਹ ਕਹਿੰਦੇ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਆਪਣੀ ਪ੍ਰਤੀਕਿਰਿਆ ਦੇਣ ਦੇ ਕੋਈ ਕਹਿੰਦੇ ਵੀ ਪ੍ਰਧਾਨ ਮੰਤਰੀ ਆ ਮੁੱਕਰ ਥੋੜੀ ਸਕਦਾ ਹਰੇ ਗੱਲ ਤਾਂ ਹੀ ਨਹੀਂ ਹੈ ਗੱਲ ਦਾ ਉਹ ਹਾਂ ਪਰ ਹਾਂ ਜਿਹੜੇ ਬੰਦੇ ਉੱਥੇ ਬੈਠੇ ਹੋ ਆਪ ਸੈਟ ਕਰਨਾ ਹੁਣ ਨਹੀਂ ਨਹੀਂ ਦੋਵੇਂ ਗੱਲਾਂ ਨਾ ਪ੍ਰਧਾਨ ਮੰਤਰੀ ਨੇ ਕਿਹਾ 15 ਲੱਖ ਦਾ ਆਊਗਾ ਪ੍ਰਧਾਨ ਮੰਤਰੀ ਨੇ ਤਾਂ ਕਿਹਾ ਇਹ ਕਾਲਾ ਧਨ ਵਾਪਸ ਆਊਗਾ ਸਭ ਤੋਂ ਸਿਆਣੇ ਉਹ ਬੜੇ ਬੜੇ ਵਿਦਵਾਨਾਂ ਨੇ ਕਿਹਾ ਤਾਂ ਵੀ ਇੱਥੇ ਨੀ ਗੱਲ ਬਣਨੀ ਉਹ ਕਿੱਦਾਂ ਕੋਈ ਨੀ ਬਣਾ ਲਾਂਗੇ ਸਹੀ ਗੱਲ ਉਹਨਾਂ ਨੂੰ ਪਤਾ ਵੀ ਆਉਣਾ ਸਭ ਤੋਂ ਜ਼ਿਆਦਾ ਜਿਹੜਾ ਹੁਣ ਦੇ ਵੇਖ ਉਹਨਾਂ ਨੇ ਚਾਹਦੇ ਰਹੀ ਜਾਣਾ ਵੇਖਿਓ ਆਹੋ ਆਹੋ ਕਾਸ਼ ਅੱਜ ਆਪਾਂ ਹਨਾ ਉੱਥੇ ਅੱਜ ਮੇਲਾ ਲੱਗਾ ਹੋਣਾ ਪੂਰਾ ਅੱਜ ਪਰ ਵੇਖ ਲਓ ਹੋਣਾ ਵੀ ਕਈਆਂ ਦੇ ਹੁਣ ਕਈਆਂ ਦੇ ਮੈਨੂੰ ਨੀ ਮੈਂ ਨੀ ਐਕਸਪੈਕਟ ਕਰਦਾ ਵੀ ਅਜੇ ਉੱਥੇ ਗੱਲ ਹੋਊਗੀ ਉਹ ਭਰਾਵਾ ਮੈਂ ਉਹ ਤਾਂ ਉਹਨਾਂ ਜਾਨੀ ਕਿ ਜਿਹੜਾ ਬੈਲਟ ਜਿਹੜੀ ਬਣਾਈ ਸੀ ਜਿੱਥੇ ਬੈਠੇ ਸੀ ਉਹ ਅਜੇ ਵੀ ਉਹਨੇ ਲੰਬੀ ਇਹ ਗੱਲ ਜ਼ਰੂਰ ਸੀ ਵੀ ਲੋਕੀ ਘੱਟ ਗਏ ਸੀ ਹੁਣ ਪਰ ਬੈਠੇ ਸੀ ਖਾਸ ਕਰ ਐਕੇ ਵੀ ਜਦੋਂ ਅਸੀਂ ਗਏ ਸੀ ਬਾਬੇ ਬੂਬੇ ਸੀ ਟੈਂਟਾਂ 'ਚ ਰਹਿਣ ਡਿਆ ਹੈ ਨਾ ਚਲੋ ਵਧੀਆ ਹਰ ਕੋਈ ਆਪ ਨਹੀਂ ਸਕਦਾ ਆ ਭਾਜੀ ਕਹਿੰਦੇ ਆ ਵੀ ਜਿਵੇਂ ਕਹਿੰਦੇ ਹੁੰਦੇ ਨੇ ਇੰਪੋਸੀਬਲ ਕਰਕੇ ਵਿਖਾ ਦਿੱਤਾ ਹਨਾ ਵੀ ਕਿੱਦਾਂ ਪੋਸੀਬਲ ਹੋਣਾ ਤੇ ਉਹਨਾਂ ਨੇ ਵਾਕਈ ਇੱਕ ਕਹਿੰਦੇ ਹੱਥ ਹੀ ਸਟਿਆ ਉਹਨਾਂ ਨੇ ਯਾਰ ਏਕੇ ਚ ਬਰਕਤ ਤੇ ਮੈਂ ਇੰਨੀਆਂ ਪੁਰਾਣੀਆਂ ਕਹਾਣੀਆਂ ਐਵੇਂ ਥੋੜੀ ਆ ਵੀ ਕੁਛ ਜਦੋਂ ਪੱਟੀ ਥਾਂ ਥਾਂ ਜ਼ਮੀਨਾਂ ਉਹਨਾਂ ਨੇ ਅੱਜ ਤੋਂ 10-10 ਸਾਲ ਪਹਿਲਾਂ ਲਈਆਂ 2005 ਦਾ ਹਾਂ ਸਬਜ਼ੀ ਮੰਡੀ ਹਾਂ 2005 ਦਾ ਉਹਨਾਂ ਨੇ ਇਹ ਪਲਾਨ ਆਪਣਾ ਇੰਪਲੀਮੈਂਟ ਕਰਨ ਹੋਰ ਕਿਤੇ ਹਾਂ ਹਾਂ ਆਹੋ ਆਹੋ ਹਾਂ ਵੀ ਉਹਨਾਂ ਦਾ 15-20 ਸਾਲ ਦਾ ਪ੍ਰੋਗਰਾਮ ਹੌਲੀ ਹੌਲੀ ਉਹਨਾਂ ਨੇ ਜਿਹੜਾ ਬਣਾਇਆ ਸੀ ਹਾਂ 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 ਤੁਸੀਂ ਦੱਸਿਆ ਵੀ ਕਿੰਨੇ ਮਾੜੇ ਹਾਲ ਕਿਸਾਨਾਂ ਦੇ ਅਸੀਂ ਜਦੋਂ ਵੀਡੀਓ ਕੀਤੀ ਸੀ ਉਹ ਚ ਲੱਭਿਆ ਸੀ ਡਾਟਾ ਆਪਣੇ ਜਿਹੜੇ ਇੰਡੀਆ ਦੀਆਂ ਸਰਕਾਰਾਂ ਦੇ ਫੈਸਲੇ ਓਦਾਂ ਅਜੀਬ ਗਰੀਬ ਜੇ ਹੁੰਦੇ ਸੀ
सत्तर भी छे होने पर ही भी ओ मौका वेंदे ही जिदा का मौका उधर ओदा का वेंदे रहे ओदा 70+ ओ भी उधर मोदी हले है पर एक कदे कदे जिदा मान लो दिहाड़ी च चार पांच पोस्टां पातियां मोदी दियां ते एक किसान दा कज पा के बराबर जे कर दिंदे। चलो मित्रो होइए तेरा टाइम ही हो गया ते गुरुद्वारे भी आपां जाणा अज। ओके जी मुबारकां करी फिर सारिआं नूं। ओके।